हाँ जी भाई जी की नाम जी पिंड कहड़ा जी जिला फिरोजपुर का हाँ जी ठीक है भाई जी नंबर भी बोल दो जी आप 94 34 हाँ जी 42 43 एक बार फिर बोल दो जी 94 74 42 43 ठीक है भाई जी दोवें गाइया सेल है जी तो अंदर माइया जी खड़ी हैं जी ठीक है चलो कोई सफाई कर दे कर लाने कोई नहीं तो आ कितने में सूए जी ये गाँ अच्छा पहला है जी ठीक खीरी है मूँह ठीक है गब्बन जी इस टाइम अच्छा कल ही आई है ठीक है ਤੇ ਫਾਰਮ ਫੁਰ ਤੋਂ ਲੈ ਕੇ ਜਿਹੜੇ ਨੰਬਰ ਲੱਗਿਆ ਨਾ ਜੋ ਫਾਰਮ ਤੋਂ ਲਿਆਂਦੀਆਂ ਨੇ ਫਾਰਮ ਤੋਂ ਲੈ ਕੇ ਸੱਜਣ ਬੇਲੀ ਬੰਦਾ ਠੀਕ ਹੈ ਬਹੁਤ ਸ਼ਾਦੀ ਵਾਲੀਆਂ ਮੱਛੀਆਂ ਦੋਵੇਂ ਇਹ ਜਰਸੀ ਵੀ ਜਾ ਗਈ ਜੀ ਇਹ ਜਰਸੀ ਆ ਜੀ ਜਰਸੀ ਦੇ ਆ ਕੇ ਕੋਈ ਪਤਾ ਰਿਕਾਰਡ ਕੋਡ ਪਤਾ ਕੀਤਾ ਕਿ ਕੀ ਮਾਂ ਇਹਦੀ ਮਾਂ ਨੇ 30 35 ਕਿਲੋ ਦੁੱਧ ਕੱਢਿਆ ਜੀ ਅੱਛਾ 30 35 ਲੀਟਰ ਦੁੱਧ ਦੇਖਣ ਨੂੰ ਛੋਟੀ ਜੀ ਲੱਗਦੀ ਪਰ ਬਹੁਤ ਵਧੀਆ ਅੱਛੀ ਆ ਜੇ ਕੱਚੀ ਆ ਹਾਂਜੀ ਹਾਂਜੀ ਹਾਂ ਠੀਕ ਹੈ ਤੇ ਫਿਰ ਕਿੰਨਾ ਕੱਢੂ ਤੁਹਾਡੇ ਸਾਨੂੰ ਜੀ ਇਹ ਮੇਰੇ ਹਿਸਾਬ ਨਾਲ ਇਹ ਘੱਟ ਤੋਂ ਘੱਟ ਦੁੱਧ ਜ਼ਿਆਦਾ ਨਹੀਂ ਮੈਂ ਕਹਿ ਸਕਦਾ 20 ਕਿਲੋ ਦੁੱਧ ਤਾਂ ਆਰਾਮ ਨਾਲ ਮਾਲਕ ਕਹਿੰਦੇ ਫਿਰ ਦੇਊਗੀ ਇਹ ਵੀ ਛੋਟੀ ਆ ਹਾਂਜੀ ਹਾਂ ਦੁੱਧ ਨੂੰ ਬਹੁਤ ਖਰੀ ਆ ਜੇ ਕੱਚੀ ਆ ਚਲੋ ਚੰਗਾ ਭਾਈ ਟਾਈਮ ਲੈ ਜੇ ਉਨਾ ਹੀ ਵੱਧ ਬਣੋ ਗਿਆ ਨਾ ਜੀ ਟਾਈਮ ਤਾਂ ਲੈ ਜਾਣੀ ਹੈ ਹਾਂ ਅੱਜ ਤੋਂ ਘੱਟੇ ਮਹੀਨੇ ਦੇ ਨੇੜ ਕੇ ਲੈ ਜੀ ਬਿਲਕੁਲ ਜੀ ਬਿਲਕੁਲ ਇੱਥੇ ਬੰਦ ਹੋ ਗਿਆ ਖੀਰੀ ਹੈ ਜੀ ਹਜੇ ਠੀਕ ਤੇ ਆਹ ਲਈ ਜੀ ਇਹ ਵੀ ਪਹਿਲਣੀ ਹੈ ਜੀ ਇਹ ਵੀ ਪਹਿਲਣੀ ਹੈ ਜੀ ਇਹ ਵੀ ਬਹੁਤ ਠੰਡੀ ਬੱਚੀ ਹੈ ਜੀ ਠੀਕ ਹੈ ਜੀ ਹੈ ਨਾ ਬਹੁਤ ਠੰਡੀ ਹੈ ਜੀ ਹਾਂਜੀ ਹਾਂ ਤੇ ਇਹ ਕੀ ਰਿਕਾਰਡ ਕੋਡ ਸੀ ਜਿਹਦਾ ਇਹ ਵੀ ਜ਼ਿਆਦਾ ਤਾਂ ਨਹੀਂ ਕਹਿੰਦੇ ਪਹਿਲੇ ਸੂਏ ਚ 15 16 ਕਿਲੋ ਦੁੱਧ ਕੱਢੂਗੀ ਪਿਓਰ ਦੇਸੀ ਬੈੜ ਆ ਅੱਛਾ ਦੇਸੀ ਬੈੜ ਹਾਂ ਦੇਸੀਆਂ ਦੀ ਹੁੰਦੀ ਆ ਹਾਂਜੀ ਹਾਂ ਬੱਚੀ ਵੈਰਾਈਟੀ ਬਹੁਤ ਵਧੀਆ ਜੀ ਠੀਕ ਇਹ ਕਿੰਨੇ ਦੰਦ ਹੋਗੇ ਜੀ ਦੰਦ ਕਿੰਨੇ ਹੋਗੇ ਜੀ ਇਹ ਇਹ ਵੀ ਕੂਲੀ ਆ ਜੀ ਅਜੇ ਅਜੇ ਕੂਲੀ ਹੈ ਜੀ ਬੱਚੀ ਆ ਜੀ ਉਤਰਾ ਹੀ ਬਣ ਗਈਆਂ ਛੋਟੀਆਂ ਛੋਟੀਆਂ ਬਣ ਗਈਆਂ ਵਿਚਾਰੀਆਂ ਅੱਛਾ ਜੀ ਤੇ ਕਿੰਨਾ ਟਾਈਮ ਲੈ ਜੂ ਜੀ ਇਹ ਮੇਰੇ ਹਿਸਾਬ ਨਾਲ ਵੀ ਇਹਦੇ 20 ਦਿਨ ਲੈ ਜਾਊਗੀ 20 ਦਿਨ ਲੈ ਜੂ ਜੀ ਇਹਨੂੰ ਵੀ ਤੁਰਾ ਜੀ ਭਾਈ ਜੀ ਲਿਆਓ ਜੀ ਬੰਦ ਜੀ ਦੋਗਲੇ ਬੰਦੇ ਆ ਗਏ ਨਾ ਜੀ ਕਲੋਸ ਆ ਇਹ ਮੱਛੀ ਬਹੁਤ ਵਧੀਆ ਜੀ ਕਲੋਸ ਇਹ ਭੋਰਾ ਵੀ ਨਾ ਉਹੋ ਜੀ ਮੱਛੀ ਨਹੀਂ ਹੱਥ ਮਾਰੀ ਹੋ ਜਿਵੇਂ ਮਰਜ਼ੀ ਹਾਂ ਜੀ ਹਾਂ ਛੱਡੇ ਦੇ ਹੱਥ ਮਾਰੀ ਹੋ ਜਿਵੇਂ ਮਰਜ਼ੀ ਇਹਨੂੰ ਛਾਲ ਮਾਰ ਜੂਗੇ ਨਹੀਂ ਨਹੀਂ ਦੇਖੀ ਜਾਂਦੇ ਜੀ ਬਹੁਤ ਠੰਡੀ ਆ ਜੀ ਬੰਦ ਕਰਕੇ ਆਪਾਂ ਲਈਆਂ ਜੀ ਮੱਛੀਆਂ ਤਾਂ ਗਾਵਾਂ ਘੱਟ ਲਈਆਂ ਪਰ ਚੰਗਾ ਡੰਗਰ ਕਰਕੇ ਲੈ ਲਈਆਂ ਨਹੀਂ ਇਹ ਤੁਸੀਂ ਚੰਗਾ ਡੰਗਰ ਲੈ ਕੇ ਆਏ ਹਾਂ ਜੀ ਮੱਛੀਆਂ ਲੱਗ ਰਹੀਆਂ ਛੋਟੀਆਂ ਪਰ ਦੁੱਧ ਨੂੰ ਬਹੁਤ ਖਰੀਆਂ ਨਿਕਲ ਰਹੀਆਂ ਹਾਂ ਜੀ ਹਾਂ ਔਗਣਾ ਸ਼ਾਮੀ ਆ ਉਹਨਾਂ ਬੰਦਿਆਂ ਨੇ ਬੰਦ ਹੋਈ ਤੇ ਆ ਮੱਝ ਹੈ ਜੀ ਇਹ ਸੂਈਆਂ ਸਾਰੀਆਂ ਮਈਆਂ ਜੀ ਹਾਂਜੀ ਹਾਂਜੀ ਤੇਲ ਹੀ ਆ ਜੀ ਇਹ ਸੂਈਆਂ ਸਾਰੀਆਂ ਜੀ ਇਹ ਇਹ ਰਾਤ ਦੀ ਸੂਈਆ ਮੈਂ ਕੱਲ ਸੂਈ ਆ ਜੀ ਅੱਛਾ ਕੱਲ ਸੂਈ ਹੈ ਜੀ ਇਹ ਕੱਲ ਸੂਈ ਆ ਤੇ ਇੱਕ ਟੁੱਟੀ ਉਹ ਪਰਲੇ ਬਣੇ ਆ ਜੀ ਉਹ ਠੀਕ ਤੇ ਕਿੰਨਾ ਬੋਲਾ ਬੋਲਾ ਜੀ ਫਿਰ ਇਸ ਟਾਈਮ ਇਹਦੇ ਥੱਲੇ ਇਹ ਤਾਂ ਸਾਦਾ ਹੀ ਆ ਜੀ ਬੋਲਾ ਐਵੇਂ ਤੂੰ ਵਾਰੀ ਇਹ ਪਰ ਦੁੱਧ ਦੇ ਦੂਈ ਜੀ ਠੀਕ ਸੂਆ ਕਿੰਨਾ ਹੋਊ ਜੀ ਸੂਆ ਚੌਥਾ ਹੋਊਗਾ ਜੀ ਤੀਜਾ ਚੌਥਾ ਹੋਊਗਾ ਠੀਕ ਹੈ ਇਹਨੂੰ ਵੀ ਤੁਰਾ ਜੇ ਭਾਜੀ ਬਣਾ ਲੈ ਬੱਚੇ ਨੇ ਆ ਬਣਨੇ ਜੀ ਹਾਂ ਜੀ ਕੱਟੇ ਮੈਂ ਕੱਟਾ ਜੀ ਇਹ ਮੇਰੀ ਕੱਟਾ ਜੀ ਕੱਟਾ ਜੀ ਚੋਈ ਜੋ ਬਿਲਕੁਲ ਸਾਫ ਹੈ ਜੀ ਇੱਕ ਨੰਬਰ ਇਹ ਚੋਈ ਇੱਕ ਨੰਬਰ ਰਾਜ ਠੀਕ
ਕਿੰਨਾ ਦੁੱਧ ਕਰ ਦੂ ਜੀ ਫਿਰ ਤੁਹਾਡਾ ਸਾਰਾ ਜੀ ਦੁੱਧ ਜੀ ਜ਼ਿਆਦਾ ਨਹੀਂ ਤੇ ਲੇਵਾ ਜਿਹੜੇ ਹਿਸਾਬ ਨਾਲ ਲੇਵਾ ਜੀ ਮੈਂ ਤਾਂ ਉਹ ਸਾਰਾ ਮੇਰੇ ਹਿਸਾਬ ਨਾਲ 13 14 ਕਿਲੋ ਦੁੱਧ ਕਰਾ ਕੱਟਣਾ ਚਾਹੀਦਾ ਕਰ ਜੂਗਾ ਉਤਰਾ ਵੀ ਐਂਟ ਲੇ ਪਿੰਡੇ ਦੀ ਆ ਹਾਂਜੀ ਹਾਂ ਦੁੱਧ ਇਹਨਾਂ ਦੇ ਦੂਗੀ ਜੀ ਆਰਾਮ ਨਾਲ ਜੀ ਮੇਰੇ ਹਿਸਾਬ ਨਾਲ ਬਿਲਕੁਲ ਜੀ ਬਿਲਕੁਲ ਬੰਦ ਹਾਂ ਲੇਵੇ ਵਾਲੀ ਮੈਂ ਆ ਦੁੱਧ ਜੋ ਦੀ ਪੀ ਲਓ ਨਾ ਕੋਈ ਤਾਂ ਬੈਠਦਾ ਕਿ ਫਿਰ ਕੀ ਰੇਟ ਆਈ ਜਾਂਦਾ ਜਿਹੜਾ ਮੁੱਲ 35,000 ਰੁਪਇਆ ਕਰਦੇ ਜੀ ਅੱਛਾ 35,000 ਰੁਪਇਆ ਜੀ ਠੀਕ ਅਤੇ ਉਹ ਬੈਠਦਾ ਜੀ ਉਹਦਾ 30,000 ਕਰਦੇ ਜੀ ਅੱਛਾ 30,000 ਕਰਦੇ ਹਾਂਜੀ ਠੀਕ ਨਹੀਂ ਠੀਕ ਹੈ ਜੀ ਹਾਂਜੀ ਬੱਚੀ ਬਹੁਤ ਵਧੀਆ ਡੋਗਰੀ ਦੇਸੀ ਆ ਹਾਂਜੀ ਹਾਂ ਬਹੁਤ ਵਧੀਆ ਦੁੱਧ ਜ਼ਿਆਦਾ ਨਹੀਂ ਦੇ ਬਾਹ ਇਹਨਾਂ ਦੇ ਨੇ ਚਲੋ 13 14 ਕਿਲੋ ਤਾਂ ਆਰਾਮ ਨਾਲ ਹੀ ਗੜ ਜੂਗੀ ਜਾ ਬਿਲਕੁਲ ਜੀ ਬਿਲਕੁਲ ਹਾਂ ਨਾਲ ਦੁੱਧ ਵੀ ਮਈਏ ਮੈਂ ਵਰਗਾ ਹੋਣਾ ਜੀ ਹਾਂਜੀ ਮੱਝ ਵਰਗਾ ਜੀ ਹਾਂਜੀ ਹਾਂ ਜਿੰਨੇ ਅੱਜ ਲਾਉਣਾ 70-80,000 ਜਾਂ ਲੱਖ ਲਾਉਣਾ ਮੱਝ ਤੇ ਦੇ ਵੈੜ ਕਿਹੜੀ ਮਾਰ ਬਿਲਕੁਲ ਸਹੀ ਗੱਲ ਹੈ ਜੀ ਇਹ ਚਾਰੂ ਆ ਠੰਡੀ ਠੰਡੀ ਪੂਰੀ ਆ ਇਹੋ ਜੀ ਕੋਈ ਗੱਲ ਨਹੀਂ ਹਾਂਜੀ ਹਾਂ ਪੂਰੀਆਂ ਰੱਜ ਕੇ ਠੰਡੀਆਂ ਆਪਾਂ ਚੰਗੀਆਂ ਕਰਕੇ ਲਈਆਂ ਇਹੋ ਜੀ ਬਿਲਕੁਲ ਜੀ ਕਰਕੇ ਲਈ ਹਾਂਜੀ ਹਾਂ ਲੈ ਜਾਓ ਲੈ ਜਾਓ ਮਾਜਨ ਜੀ ਤੇ ਆਹ ਕਿਹੜੇ ਸੂਏ ਜੀ ਆਹ ਝੋਟੀ ਆਹ ਝੋਟੀ ਪਈ ਗਿਆਰਾਂ ਕਿਲੋ ਬਹੁਤ ਹੋ ਜਾਂਦਾ ਜੀ ਗਿਆਰਾਂ ਕਿਲੋ ਸੂਏ ਜੀ ਦੂਜੇ ਸੂਏ ਹੁਣ ਗੱਬਣ ਦਾ ਨੀ ਹਜੇ ਨਹੀਂ ਆਪਾਂ ਚੈੱਕ ਨਹੀਂ ਕਰਿਆ ਚੈੱਕ ਨਹੀਂ ਮਹੀਨੇ ਦੀ ਸੂਈ ਆ ਬੜਾ ਫੇਰ ਤਾਂ ਸਾਰੇ ਗੱਬਣ ਹੋਣੇ ਜੀ ਹਾਂਜੀ ਕੱਟੀ ਮਗਰ ਆ ਇਹਦਾ ਸਕੀਨ ਬੜਾ ਚੜਿਆ ਆ ਜੀ ਉਤਰਾ ਵੀ ਠੰਡੀ ਬਹੁਤ ਹੋਣੇ ਹਾਂਜੀ ਹਾਂ ਉਹ ਖਾਲਾ 12 ਕਿਲੋ ਦਾ ਹੀ ਕਰਦੀ ਪਰ ਆਪਾਂ ਜਿਹੜਾ ਕੰਡੇ ਦੇ ਤੋਲ ਦੇਣਾ ਦੁੱਧ 11 ਕਿਲੋ ਆ ਪੂਰਾ ਨੈਟ ਹੋਊਗਾ ਇਸ ਟਾਈਮ ਬਿਲਕੁਲ ਜੀ ਬਿਲਕੁਲ ਤੇ ਆਈ ਮੰਨ ਲਓ ਥੋੜ੍ਹੀ ਉਹ ਜਿਹੇ ਬੰਦਾ ਦੀ ਸੇਵਾ ਨਹੀਂ ਹੈਗੀ ਹਾਂਜੀ ਹਾਂਜੀ ਸੇਵਾ ਹੋਵੇ ਤੇ 12 ਕਿਲੋ ਦੁੱਧ ਆਰਾਮ ਨਾਲ ਕਰ ਦੂਗੀ ਲੈ ਜੀ ਥਣਾ ਥੁਣਾ ਚਲੋ ਓਨਾ ਹੁੰਦਾ ਸਾਫ਼ ਹੋ ਗਿਆ ਡੰਗਰ ਹਾਂ ਦੁੱਧ ਦਾ ਕਿਲੋ ਘੱਟ ਹੋ ਜਾਏ ਕੋਈ ਚੱਕਰ ਨਹੀਂ ਬੱਚੇ ਨੂੰ ਭਾਲੀਏ ਭਾਵੇਂ ਥੱਲੇ ਹਾਂਜੀ ਹਾਂ ਪੋਲੀ ਆ ਚੋਣ ਨਹੀਂ ਆ ਸਾਰੀਆਂ ਚੰਗੀਆਂ ਤੁਸੀਂ ਮੈਂ ਨਹੀਂ ਮਾਰੀ ਇੱਥੇ ਉਹ ਜੀ ਮੈਂ ਵੀ ਨਾ ਆਪਾਂ ਡੰਗਰ ਲੈ ਜਾਈਏ ਜੀ ਹਾਂਜੀ ਹਾਂ ਉਹਦਾ ਲਾਮਾ ਆਉਂਦਾ ਜੀ ਤੇ ਇਹ ਮੈਂ ਫਿਰ ਕੀ ਰੇਟ ਹੈ ਜੀ ਇਹਦਾ ਮੁੱਲ ਕਰਦੇ ਜੀ 60,000 ਰੁਪਇਆ ਅੱਛਾ ਜੀ ਤੇ ਆਲੀ ਦਾ ਜੀ ਫਿਰ ਇਹਦਾ ਮੁੱਲ ਕਰਦੇ ਜੀ 75,000 ਰੁਪਇਆ ਅੱਛਾ 75,000 ਹਾਂਜੀ ਠੀਕ ਤੇ ਆ ਵੀ ਇਹ ਵੀ ਸੂਈ ਹੈ ਜੀ ਹਾਂਜੀ ਇਹ ਵੀ ਸੂਈ ਹੈ ਜੀ ਇਹਦੇ ਸਿਰ ਕਿੰਨੇ ਟਾਈਮ ਹੋ ਗਿਆ ਸੂਈ ਨੂੰ ਜੀ ਇਹਨੂੰ ਸੂਈ ਨੂੰ ਮਹੀਨਾ ਹੋ ਗਿਆ ਜੀ ਮਹੀਨਾ ਹੋ ਗਿਆ ਅੱਜ ਦੁੱਧ ਇਹਦੇ ਥੱਲੇ ਵੀ ਨੈਟ ਹੋਊਗਾ 11 ਦਾ ਵਖਾਲਾ ਕਰਦੀ ਆ 10 ਕਿਲੋ ਇਹਦੇ ਥੱਲੇ ਵਿੱਚੋਂ ਆ ਕੇ ਦਿਆਂ ਠੀਕ ਚੋਣ ਇੱਕ ਨੰਬਰ ਕੋਈ ਫਰ ਡ੍ਰੀਮ ਕੋਰ ਹੈ ਜਨਾਬ ਚੋਈ ਜੀ ਬਿਲਕੁਲ ਸਹੀ ਹੈ ਇੱਕ ਨੰਬਰ ਜਿਹਨੂੰ ਕਹਿੰਦੇ ਨੇ ਆਪਾਂ ਇੱਕ ਨੰਬਰ ਤੇ ਫਿਰ ਇਹਦਾ ਕੀ ਬੋਲਿਆ ਜੀ ਇਹਦਾ ਮੁੱਲ 60,000 ਕਰਦੇ ਆ 60,000 ਕਰਦੇ ਹਾਂ ਠੀਕ ਤੇ ਆਲੀ ਇਹ ਇਹ ਤਾਜੀ ਸੂਈ ਆ ਜੀ ਇਹ ਕੱਲ ਹੀ ਸੂਈ ਆ ਜੀ ਅੱਛਾ ਕੱਲ ਹੀ ਸੀ ਕੱਟੀ ਜੀ ਕੱਟਾ 8 ਕਿਲੋ ਬੋਲਾ ਹੋਊਗਾ ਇਹਦੇ ਥੱਲੇ ਹੁਣ ਕੱਲ ਸੂਈ ਆ ਸੂਆ ਕਿਨਮਾ ਜੀ ਇਹ ਦੂਜਾ ਦੂਜਾ ਹੈ ਜੀ ਹਾਂਜੀ ਹਾਂਜੀ ਠੀਕ ਛੁੱਟੀ ਇਹਨੂੰ ਖੋਲ ਲਮਣਾ ਜੀ ਚਵਾ ਚੂ ਇੱਕ ਨੰਬਰ ਕੱਟੀ ਮਗਰ ਜੀ ਨੇ ਕੱਟਾ ਜੀ ਅਜਾ ਕੱਟਾ ਜੀ ਅੱਠੇ ਥੋੜੇ ਸਭਾ ਸਭਾ ਹੋਰ ਆਪਾਂ ਰੱਖ ਕੇ ਹੀ ਕਰਨੇ ਖਾ ਗਈਆਂ ਮੱਝਾਂ ਲਿਆਓ ਜੀ ਲਿਆਓ ਲੈ
हाँ बच्चे आ गए हैं जी। हाँ जी ठीक। तो फिर इनका की मुल है जी? इनका मुल कर दें 75,000 रुपया। अच्छा इनका 75,000 है। हाँ जी इनका भी 75,000 है। ठीक है। गुंजाइश करोगे जी मान तन ठीक है ना नंबर बोलता हिसाब ने गल करी चले जी ठीक है ना। हाँ जी हाँ ठीक है जी भाई जी बहुत बहुत मेहरबानी जी ठीक है।